शाहकोट के नज़दीकी पिंड मीएवाल अरइया विखे एक कलजुगी माँ ने आप 6 महीने के मासूम बच्चे की गला कुट के हत्या कर दी। मृतक बच्चे के पिता हरजिंदर सिंह का कहना है कि वह अज बाद दोपहर अपने किसी रिश्तेदार नाल काम गया सी। जब करीब 2 बजे घर वापस आया तो उसने देखा कि उसकी पत्नी नवप्रीत कौर ने अपने 6 महीने के लड़के समरप्रीत सिंह का गला घुटिया होया है। बच्चे को सिविल हस्पताल ले जाया गया जिथे डॉक्टर ने मृतक घोषित कर दिता। ਭਾਜੀ ਮੈਂ ਗਿਆ ਹੋਇਆ ਸੀ ਜੀ, ਜਦੋਂ ਮੈਂ ਘਰ ਆਇਆ ਮੇਰੀ ਘਰਵਾਲੀ ਮੇਰੇ ਬੱਚੇ ਦਾ ਗਲਾ ਘੁੱਟ ਰਹੀ ਸੀ ਅਤੇ ਬਾਅਦ 'ਚੋਂ ਘਰੋਂ ਭੱਜ ਗਈ ਪੇਂਡੂ ਦੇਖ ਕੇ। ਅੱਛਾ, ਕਿੰਨੇ ਚਿਰ ਦਾ ਬੱਚਾ ਤੁਹਾਡਾ ਜੀ? 6 ਮਹੀਨਿਆਂ ਦਾ ਜੀ ਹਲੇ। ਅੱਛਾ, ਕੀ ਗੱਲਬਾਤ, ਕੀ ਕੁਛ ਨਹੀਂ ਪਤਾ ਲੱਗਾ? ਕੁਛ ਨਹੀਂ ਜੀ, ਕਿਸੇ ਦੀ ਤੋੜ ਨਹੀਂ, ਕਿਸੇ ਦੀ ਤੰਗੀ ਨਹੀਂ। ਅੱਛਾ ਜੀ, ਪਹਿਲਾਂ ਵੀ ਕੋਈ ਨੇ ਇੱਦਾਂ ਦੀ ਕੋਈ ਗੱਲਬਾਤ ਕੀਤੀ ਜੀ? ਹਾਂਜੀ, ਪਹਿਲਾਂ ਵੀ ਆਪ ਕੋਲ ਤੋਂ ਜੀ ਦਵਾਈ ਪੀ ਕੇ ਆਪਣੀ ਆਤਮ ਹੱਤਿਆ ਕਰਨਾ ਚਾਹੁੰਦੀ ਸੀ। ਅੱਛਾ ਜੀ, ਅਤੇ ਤੁਸੀਂ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲੋਂ? ਮੈਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਨਾ ਚਾਹੁੰਦਾ ਵੀ ਮੈਨੂੰ ਇਨਸਾਫ ਮਿਲਿਆ ਜਾਵੇ, ਇਹਨੂੰ ਅਰੈਸਟ ਕੀਤਾ ਜਾਵੇ। ਮੇਰਾ ਹੀ ਪੁੱਤ ਘਟਨਾ ਦਾ ਪਤਾ ਲੱਗਣ 'ਤੇ ਥਾਣਾ ਸ਼ਾਹਕੋਟ ਦੇ SHO ਸੁਰਿੰਦਰ ਕੁਮਾਰ ਕੰਬੋਜ ਪੁਲਿਸ ਪਾਰਟੀ ਸਮੇਤ ਪੁੱਜੇ। ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬੱਚੇ ਦੀ ਮਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਮੀਆਂਵਾਲ ਦੇ ਵਿੱਚ ਇੱਕ 5 ਮਹੀਨੇ ਅਤੇ 23 ਦਿਨ ਦੇ ਬੱਚੇ ਦਾ ਮਤਲਬ ਮੌਤ ਹੋ ਗਈ ਹੈ। ਜਦੋਂ ਉਸਦੇ ਜਾਂਚ ਕਰਨ 'ਤੇ ਪਤਾ ਚੱਲਿਆ ਕਿ ਉਸਦੀ ਮਾਤਾ ਵੱਲੋਂ ਹੀ ਉਸਨੂੰ ਮੌਤ ਦੇ ਘਾਟ ਉਤਾਰਿਆ ਗਿਆ, ਅਤੇ ਜਿਸ 'ਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਹੀ ਦੱਸਣ 'ਤੇ ਪਤਾ ਲੱਗਿਆ ਕਿ ਇਹ ਬੱਚਾ ਇਹਦੀ ਮਾਤਾ ਵੱਲੋਂ ਹੀ ਇਸਨੂੰ ਮਾਰਿਆ ਗਿਆ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਲੜਕੀ ਮਾਤਾ ਦੇ ਖਿਲਾਫ਼ ਹੀ ਬੱਚੇ ਦੀ ਮਦਰ ਦੇ ਖਿਲਾਫ਼ ਹੀ ਪਰਚਾ ਦਰਜ ਕੀਤਾ ਜਾ ਰਿਹਾ, ਅਤੇ ਜੋ ਵੀ ਗੱਲ ਸਾਹਮਣੇ ਆਏਗੀ ਸ਼ੇਅਰ ਕੀਤੀ ਜਾਏਗੀ। ਇਹ ਸਰ ਲੜਕੀ ਦੀ ਮਾਤਾ ਦਾ ਕੀ ਨਾਂ ਹੈ ਬੱਚੇ ਦੇ? ਨਵਪ੍ਰੀਤ ਕੌਰ ਦੱਸ ਰਹੇ ਹਾਂ ਅਤੇ ਬੱਚੇ ਦਾ ਨਾਮ ਸਮਰਪ੍ਰੀਤ ਸਿੰਘ। ਅੱਛਾ ਜੀ, ਅਤੇ ਕਿੰਨੀ ਏਜ ਹੈਗੀ ਸੀ ਇਹਦੇ? ਬੱਚੇ ਦੀ 5 ਮਹੀਨੇ 23 ਦਿਨ, ਕਰੀਬ 6 ਮਹੀਨੇ ਕਹਿ ਰਹੇ। ਅਤੇ ਪਤਾ ਲੱਗਾ ਜੀ ਕੀ ਗੱਲ ਹੋਈ ਜੀ? ਇਹੀ ਗੱਲ ਸਾਹਮਣੇ ਆਈ ਹੈ ਜੋ ਆਸ ਪਾਸ ਤੋਂ ਹੁਣ ਤੱਕ ਜੋ ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜੀ ਲੜਕੀ ਸੀ, ਇਹ ਬੱਚੇ ਦੀ ਮਾਤਾ, ਇਹਦਾ ਜਿਹੜਾ ਮੈਂਟਲੀ ਸੰਤੁਲਨ ਜਿਹੜਾ ਹੈਗਾ ਸੀਗਾ, ਇੰਬੈਲੈਂਸ ਸੀਗਾ, ਤੋ ਬੱਚੇ ਦੀ ਕਿੰਨੀ ਗਰੋਥ ਨਹੀਂ ਹੋ ਰਹੀ ਸੀ, ਇਸ ਕਰਕੇ ਇਹ ਮਤਲਬ ਬੱਚੇ ਨੂੰ ਲਾਈਕ ਨਹੀਂ ਕਰ ਰਹੀ ਸੀਗੀ, ਬੱਚੇ ਦੀ ਗਰੋਥ ਨਹੀਂ ਹੋ ਰਹੀ, ਅਤੇ ਇਹੀ ਗੱਲ ਸਾਹਮਣੇ ਆ ਰਹੀ ਹੈ। ਬਾਕੀ ਜਿਹੜੀ ਇਹ ਤਫਤੀਸ਼ ਜਾ ਰਹੀ ਹੈ, ਅੱਗੇ ਜੋ ਗੱਲ ਸਾਹਮਣੇ ਆਊਗੀ ਸ਼ੇਅਰ ਕੀਤੀ ਜਾਊਗੀ। ਬੱਚੇ ਸਰ ਡੈਡ ਬਾਡੀ ਜੀ? ਉਹ ਆਪਣੇ ਫਰਦਰ ਪੋਸਟਮਾਰਟਮ ਕਰਵਾਉਣ ਵਾਸਤੇ ਭੇਜਤੀ ਹੈ ਨਕੋਦਰ। ਠੀਕ ਹੈ ਜੀ, ਅਤੇ ਜਿਹੜਾ ਬੱਚੇ ਦੀ ਮਾਤਾ ਹੈਗੀ ਜੀ, ਜਿਹਨੇ ਇਹ ਕਤਲ ਕੀਤਾ ਹੈਗਾ ਜੀ, ਉਹਦਾ ਜੋ ਵੀ ਬਣਦਾ ਹੈਗਾ ਕਾਰਵਾਈ ਉਹਨੂੰ ਕਰਕੇ ਅਤੇ ਉਹਨੂੰ ਅਰੈਸਟ ਕਰਾਂਗੇ। ਠੀਕ ਹੈ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।